ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਮਹਿੰਗੇ ਲੂਣ ਦੀ ਜਿਸ ਨੂੰ ਖਰੀਦ ਨਾ ਨਹੀਂ ਹਰ ਕਿਸੇ ਦੀ ਬਸ ਦੀ ਗੱਲ ਆਓ ਜਾਣਦੇ ਹਾਂ ਉਹ ਕਿਹੜਾ ਨਮਕ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੋਸਤੋ ਲੂਣ ਦੀ ਵਰਤੋਂ ਦੁਨੀਆ ਵਿੱਚ ਲਗਭਗ ਹਰ ਜਗ੍ਹਾ ਕੀਤੀ ਜਾਂਦੀ ਹੈ ਜੋ ਸਿਹਤ ਅਤੇ ਸਵਾਦ ਦੋਨਾਂ ਲਈ ਮਹੱਤਵਪੂਰਨ ਹੈ ਜੇਕਰ ਕਿਸੇ ਡਿਸ਼ ਵਿੱਚ ਲੂਣ ਵੱਧ ਜਾ ਘੱਟ ਹੋ ਜਾਵੇ ਤਾਂ ਇਸ ਦਾ ਸਵਾਦ ਖਰਾਬ ਹੋ ਜਾਂਦਾ ਹੈ ਇਸਦੇ ਨਾਲ ਹੀ ਜਿਕਰ ਕਿਸੇ ਡਿਸ਼ ਵਿੱਚ ਨਮਕ ਨਾ ਹੋਵੇ ਤਾਂ ਉਹਦਾ ਸਵਾਦ ਚੰਗਾ ਨਹੀਂ ਲੱਗਦਾ ਨਮਕ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਸ ਨੂੰ ਜਿਕਰ ਲੋੜੀ ਦੀ ਮਾਤਰਾ ਵਿੱਚ ਲਿਆ ਜਾਵੇ ਤਾਂ ਸਿਹਤ ਲਈ ਵੀ ਫਾਇਦੇਮੰਦ ਸਾਬਤ ਹੁੰਦਾ ਹੈ ਆਮ ਤੌਰ ਤੇ ਜਿਕਰ ਤੁਸੀਂ ਬਾਜ਼ਾਰ ਜਾਂਦੇ ਹੋ ਤਾਂ ਤੁਹਾਨੂੰ 20 ਜਾਂ 30 ਰੁਪਏ ਦਾ ਨਮਕ ਮਿਲਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਨਮਕ ਕਿਹੜਾ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਨਮਕ ਤਾਂ ਨਮਕ ਹੈ ਇਸ ਵਿੱਚ ਕੀ ਮਹਿੰਗਾ ਤੇ ਕੀ ਸਸਤਾ ਤਾਂ ਆਓ ਤੁਹਾਨੂੰ ਦੱਸ ਦਈਏ ਕਿ ਤੁਸੀਂ ਗਲਤ ਸੋਚ ਰਹੇ ਹੋ ਦੁਨੀਆ ਦੇ ਸਭ ਤੋਂ ਮਹਿੰਗੇ ਨਮਕ ਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜਦ ਅਸਲ ਦੁਨੀਆ ਦਾ ਸਭ ਤੋਂ ਮਹਿੰਗਾ ਨਮਕ ਐਮਥੈਟਸ ਬੈਬੂ ਹੈ ਇਹ ਕੋਰੀਆਈ ਨਮਕ ਹੈ ਜਿਸ ਨੂੰ ਬੈਬੂ ਸਿਲੰਡਰ ਵਿੱਚ ਭਰ ਕੇ ਬਣਾਇਆ ਜਾਂਦਾ ਹੈ ਇਸ ਨਮਕ ਦੇ 240 ਗ੍ਰਾਮ ਦੇ ਪੈਕਟ ਦੀ ਕੀਮਤ 7000 ਰੁਪਏ ਤੋਂ ਵੱਧ ਹੈ ਇਸ ਨੂੰ ਤਿਆਰ ਕਰਨ ਵਿੱਚ 50 ਦਿਨ ਲੱਗਦੇ ਹਨ ਇਸ ਨਮਕ ਨੂੰ ਖਰੀਦਣਾ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਆਏ ਬਹੁਤ ਘੱਟ ਲੋਕ ਇਸ ਨੂੰ ਖਰੀਦਣ ਦੇ ਯੋਗ ਹੁੰਦੇ ਹਨ